ਲਾਲ ਸਿੰਘ ਕਲਸੀ ਦਾ ਕਹਾਣੀ ਸੰਗ੍ਰਹਿ ਨੀਲੀ ਦੀ ਪਹਿਲੀ ਕਹਾਣੀ ਹੈ ਸੌਗਾ ਤੇ ਯਾਰ ਅੱਜ ਰੇਖਾ ਦਾ ਵਿਆਹ ਸੀ ਕਮਲ ਨੂੰ ਦੋਹਾਂ ਵੱਲੋਂ ਹੀ ਸੱਦੇ ਆਏ ਹੋਏ ਸਨ ਪਟਿਆਲੇ ਤੋਂ ਰੇਖਾ ਵੱਲੋਂ ਵੀ ਤੇ ਦੋਸਤ ਅਨਿਲ ਵੱਲੋਂ ਵੀ ਕਮਲ ਨੇ ਦੋਹਾਂ ਦੇ ਸੱਦੇ ਪ੍ਰਵਾਨ ਕਰਦਿਆਂ ਲਿਖਿਆ ਸੀ ਰੇਖਾ ਜੀ ਮੈਂ ਆਵਾਂਗਾ ਜ਼ਰੂਰ ਪਰ ਬਰਾਤ ਆਉਣ ਦੇ ਸਮੇਂ ਤੇ ਅਨਿਲ ਜੀ ਮੈਂ ਪੁੱਜਾਂਗਾ ਜ਼ਰੂਰ ਤੇ ਮਿਲਾਂਗਾ ਤੈਨੂੰ ਤੇਰੇ ਸਹੁਰੇ ਘਰ ਦੇ ਨੇੜੇ ਅਨਿਲ ਬੇਸ਼ੱਕ ਕਮਲ ਉੱਤੇ ਆਪਣਾ ਜ਼ਿਆਦਾ ਹੱਕ ਸਮਝਦਾ ਸੀ ਪਰ ਉਹਦੀ ਜ਼ਿੱਦ ਨੂੰ ਸਮਝਦਿਆਂ ਇੰਨੀ ਕੁ ਖੁਸ਼ੀ ਵੰਡਾਉਣ ਤੇ ਉਸ ਤਸੱਲੀ ਮਹਿਸੂਸ ਕੀਤੀ ਅਨਿਲ ਦੀ ਬਾਰਾਤ ਸ਼ਹਿਨਾਈਆਂ ਵਾਜੀਆਂ ਨਾਲ ਰੇਖਾ ਦੇ ਘਰ ਵਕਤ ਸਿਰ ਪੁੱਜ ਗਈ ਕਮਲ ਲੁਧਿਆਣੇ ਤੋਂ ਆ ਕੇ ਇੱਕ ਪਾਸੇ ਖੜਾ ਇੰਤਜ਼ਾਰ ਕਰ ਰਿਹਾ ਸੀ ਦੋਵੇਂ ਦੋਸਤ ਗੱਲ ਲੱਗ ਕੇ ਮਿਲੇ ਕਮਲ ਨੇ ਅਨਿਲ ਨੂੰ ਜਦੋਂ ਸ਼ਾਦੀ ਮੁਬਾਰਕ ਆ ਤਾ ਤੂੰ ਹੀ ਕਿਰਪਾ ਸੇ ਅਨਿਲ ਨੇ ਜਵਾਬ ਹੱਥ ਜੋੜਦਿਆਂ ਕਿਹਾ ਕਮਲ ਨੇ ਹੱਥ ਜੋੜਦਿਆਂ ਉੱਪਰ ਅਸਮਾਨ ਵੱਲ ਮੂੰਹ ਕਰਕੇ ਉੱਪਰ ਵਾਲੇ ਅਕਾਲ ਪੁਰਖ ਦੀ ਰਜ਼ਾ ਕਿਹਾ ਜਾਂ ਉਹਦੀ ਕੀਤੀ ਤੇ ਗਿਲਾ ਕੀਤਾ ਪਰ ਉਸ ਤੇ ਮਨ ਅੰਦਰਲੀ ਪੀੜ ਬਿਜਲੀ ਦੇ ਲਿਸ਼ਕ ਵਾਂਗ ਸਰੀਰ ਨੂੰ ਸਿਰ ਤੋਂ ਪੈਰਾਂ ਤੱਕ ਦੁਫਾੜ ਕਰ ਗਈ। ਕਮਲ ਰੇਖਾ ਨੂੰ ਮਿਲਿਆ ਮੁਬਾਰਕ ਦਿੱਤੀ ਦੋਹਾਂ ਨੇ ਸਾਂਝੇ ਦਰਦ ਦੀ ਚੀਜ਼ ਨੂੰ ਅੰਦਰ ਹੀ ਕਪਾ ਲਿਆ ਸੀ ਜੋ ਉਦਾਸੀ ਬਣ ਚਿਹਰਿਆਂ ਤੇ ਸਾਫ਼ ਦਿਸ ਰਹੀ ਸੀ। ਚਿਹਰਿਆਂ ਉੱਪਰ ਝੂਠੀ ਮੁਸਕਾਨ ਦੋਹਾਂ ਦਾ ਹੀ ਮਜ਼ਾਕ ਉਡਾ ਰਹੀ ਸੀ। रेखा कमल ਨੂੰ ਕਿੰਨਾ ਚਾਹੁੰਦੀ ਸੀ ਸ਼ਾਇਦ ਕਮਲ ਖੁਦ ਵੀ ਨਹੀਂ ਸੀ ਜਾਣਦਾ ਕਿ ਨਾਨਿਰ ਸਵਾਰਤ ਪੋੜਾ ਸਾਦਾ ਤੇ ਸੰਜਮੀ ਸੀ ਕਮਲ ਰੇਖਾ ਸਭ ਜਾਣਦੀ ਸੀ ਸ਼ਾਇਦ ਇਹ ਕਾਰਨ ਸੀ ਕਿ ਰੇਖਾ ਨੇ ਅਨਿਲ ਨੂੰ ਕਮਲ ਦੀ ਸੌਗਾ ਤਿਆਰ ਜਾਣ ਕੇ ਕੱਸੀ ਸਵਟਕੇ ਪਰਵਾਨ ਕਰ ਲਿਆ ਸੀ ਔਰਤ ਦੀ ਇਹ ਫਿਤਰਤ ਹੈ ਕਿ ਉਹਦਾ ਕੋਮਲ ਹਿਰਦਾ ਖੁਸ਼ੀ ਗਮੀ ਚੰਗਿਆਈ ਬੁਰਾਈ ਨੂੰ ਵੱਧ ਤੇ ਜਲਦੀ ਮਹਿਸੂਸ ਕਰਦਾ ਤੇ ਜਲਦੀ ਭੁੱਲ ਜਾਂਦਾ ਹੈ ਇੰਜ ਕਰਕੇ ਹੀ ਸ਼ਾਇਦ ਰੇਖਾ ਨੇ ਅਨਿਲ ਨੂੰ ਸੋਗਤ ਦੀ ਥਾ ਮੁਰਾਦ ਦੀ ਯਾਰ ਸਮਝ ਦਿਲਬਰ ਦੀ ਖੁਸ਼ੀ ਟੀ ਖੁਸ਼ੀ ਅਨੁਭਵ ਕੀਤੀ ਸੀ ਸੋਗਤ ਵੀ ਕੀ ਜ਼ਿੰਦਗੀ ਦੀ ਨੌਕਾ ਨੂੰ ਆਰ ਪਾਰ ਲਗਾਉਣ ਵਾਲੀ ਅੱਜ ਰੇਖਾ ਦਾ ਦੂਜਾ ਤੇ ਅਸਲੀ ਜੀਵਨ ਪੰਧ ਸ਼ੁਰੂ ਹੋ ਰਿਹਾ ਸੀ ਪੰਡਾ ਜਾਣਿਆ ਪਛਾਣਿਆ ਹੋ ਕੇ ਵੀ ਅਨਜਾਨ ਸੀ ਅਨਿਲ ਭਾਵੇਂ ਕੁਝ ਦੇਰ ਦਾ ਜਾਣਿਆ ਪਛਾਣਿਆ ਜ਼ਰੂਰ ਸੀ ਪਰ ਕਮਲ ਦੀ ਤਾਂ ਗੱਲ ਹੀ ਹੋਰ ਸੀ ਫੇਰਿਆਂ ਦੇ ਸਮੇਂ ਕਮਲ ਦਾ ਟਲਣ ਦਾ ਇਰਾਦਾ ਵੇਖ ਕੇ ਅਨਿਲ ਨੇ ਜ਼ਿੱਦ ਕਰਕੇ ਉਹਨੂੰ ਆਪਣੇ ਕੋਲ ਬਿਠਾ ਲਿਆ ਜਿਉਂ ਹੀ ਰੇਖਾ ਤੇ ਅਨਿਲ ਦੇ ਵਿਆਹ ਦੀ ਰਸਮ ਸ਼ੁਰੂ ਹੋਈ ਤਿਉਂ ਹੀ ਕਮਲ ਦੀ ਸੁਰਤੀ ਬੀਤੇ ਸਮੇਂ ਦੀ ਪ੍ਰਕਰਮਾਂ ਤੇ ਤੁਰ ਪਈ ਬੀਤੀਆਂ ਘੜੀਆਂ ਦੀ ਪਰਛਾਵਾਂ ਵਿੱਚ ਕਮਲ ਦੀਆਂ ਅੱਖਾਂ ਅੱਗੋਂ ਇੱਕ ਇੱਕ ਕਰਕੇ ਲੰਘਣ ਲੱਗੇ ਮੈਂ ਰੇਖਾ ਤੋਂ ਜਾਣ ਵੀ ਵਾਰ ਸਕਦਾਂ ਕਮਲ ਇੱਕ ਦੇ ਨਾਲ ਅਨਿਲ ਨੇ ਬਹੁਤ ਹੀ ਜਜ਼ਬਾਤੀ ਹੁੰਦਿਆਂ ਕਮਲ ਨੂੰ ਕਿਹਾ ਤਾਂ ਫਿਰ ਤਵਾਰ ਫਿਰ ਜਾਨ ਢਿਲਕਾ ਦੀ ਇਹ ਕਮਲ ਨੇ ਹੱਸਦਿਆਂ ਉੱਤਰ ਦਿੱਤਾ ਕਰੇ ਕੰਮ ਤੇਰੀ ਮਦਦ ਤੋਂ ਬਿਨਾ ਨਹੀਂ ਹੋ ਸਕਦਾ ਜੇ ਹੋ ਸਕਦਾ ਹੈ ਜਾਂ ਕਰ ਸਕਦਾ ਹੈ ਤਾਂ ਸਿਰਫ ਤੇ ਸਿਰਫ ਤੂੰ ਭੁਲਾ ਨਿਲ ਕਮਲ ਦੇ ਜ਼ਖਮਾਂ ਨੂੰ ਬਲੁੰਦਰ ਦਾ ਹੋਇਆ ਵੀ ਅਨਜਾਨ ਸੀ ਕਿੰਨੇ ਸਵੈ ਭਰੋਸੇ ਨਾਲ ਦੋਸਤੀ ਦੇ ਰੁਖ ਤੋਂ ਇੱਕੋ ਝਟਕੇ ਨਾਲ ਸਾਰਾ ਫਲ ਝਾੜ ਲੈਣਾ ਚਾਹੁੰਦਾ ਸੀ ਫਲਤਾ ਫਲ ਸਗੋ ਸਮੇਤ ਪੱਤਿਆਂ ਕੂਲੀਆਂ ਨਰਮ ਮੰਦੀਆਂ ਲਗਰਾਂ ਵੀ ਸੂਤ ਲੈਣੀਆਂ ਚਾਹੁੰਦਾ ਸੀ ਹਾਂ ਅਨਿਲ ਸ਼ਾਇਦ ਤੂੰ ਠੀਕ ਹੀ ਕਹਿ ਰਿਹਾ ਹੈ। ਇਹ ਕੰਮ ਸਿਰਫ ਮੈਂ ਹੀ ਕਰ ਸਕਦਾ। ਕਮਲ ਨੇ ਲੰਬੇ ਹੋਕੇ ਨਾਲ ਦਿਲ ਦਾ ਦੁੱਖ ਦਰਦ ਮੰਨ ਦੀ ਸੱਚੀ ਸਵਟਕੇ ਅੰਦਰ ਨਿਗਲ ਲਿਆ ਸੀ। ਅਨਿਲ ਨੂੰ ਕਮਲ ਦੇ ਦਫ਼ਤਰ ਆਇਆ ਜੇ ਸਾਲ ਵੀ ਨਹੀਂ ਸੀ ਹੋਇਆ। ਬਾਕੀ 10 ਬਾਰੀਆਂ 12 ਸਾਥੀਆਂ ਚੋਂ ਉਹਨੂੰ ਸਿਰਫ ਕਮਲ ਹੀ ਦੋਸਤੀ ਦੀ ਕਮਲ ਦੀ ਦੋਸਤੀ ਹੀ ਰਾਸ ਆਈ ਸੀ। ਦੋਵੇਂ ਕੁਝ ਦਿਨਾਂ ਚ ਹੀ ਖੁਲ ਮਿਲ ਗਏ ਸਨ। ਇਨਾ ਚ ਆਮ ਮੁੰਡਿਆਂ ਵਾਲੀਆਂ ਇਸ਼ਕ ਮੁਸ਼ਕ ਜਾਂ ਕੁੜੀਆਂ ਦੇ ਰੋਮਾਂਸ ਜਾਂ ਫਿਲਮਾਂ ਦੀਆਂ ਗੱਲਾਂ ਰਹੀਂ ਸਾਂਝ ਨਹੀਂ ਸੀ ਬਣੀ ਸਗੋਂ ਇੱਕ ਕੁਦਰਤੀ ਸਾਂਝ ਬਣੀ ਸੀ ਅੱਜ ਇਹ ਪਹਿਲੀ ਵਾਰ ਸੀ ਕਿ ਅਨਿਲ ਨੇ ਕਮਲ ਨੂੰ ਰੇਖਾ ਬਾਰੇ ਅਚਨਚੇਤ ਅਪੋਲ ਤੇ ਸੁੱਤੇ ਸੀ ਦੇ ਇਹ ਗੱਲ ਕਹਿ ਕੇ ਆਪਣੇ ਮਨ ਦੇ ਸ਼ੂਕ ਦੇ ਵਹਿਣ ਚ ਮਧੂੜ ਸੁੱਟਿਆ ਸੀ ਕਮਲਜੀਤ ਜਿਹਨੂੰ ਲਗਭਗ ਸਾਰੇ ਕਮਲ ਕਹਿ ਕੇ ਬੁਲਾਉਂਦੇ ਸਨ ਇਸ ਦਫ਼ਤਰ ਚ ਆਇਆ 3 ਸਾਲ ਹੋਣ ਵਾਲੇ ਸਨ ਰੇਖਾ ਦੀ ਭਰਤੀ ਵੀ ਉਹਦੇ ਹੱਥੀ ਹੋਈ ਸੀ। ਰੇਖਾ ਜਿੱਥੇ ਸਿਆਣੀ, ਸੋਹਣੀ ਤੇ ਸੁਗੜ ਸੁਸ਼ੀਲ ਸੀ, ਉਥੇ ਕਮਲਜੀਤ ਵੀ ਬੜਾ ਨੇਕ, ਹੌਣ ਹਾਰ ਸਿਆਣਾ ਤੇ ਖੂਬਸੂਰਤ ਨੌਜਵਾਨ ਸੀ। ਹਰੇਕ ਹੀ ਉਸ ਨਾਲ ਆਪਣੀ ਨੇੜਤਾ ਚਾਹੁੰਦਾ ਸੀ। ਜੋ ਵੀ ਕਮਲ ਦੇ ਨੇੜੇ ਸੀ, ਉਹਦੀ ਨੇੜਤਾ ਦਾ ਉਮਾਨ ਕਰਦਾ ਸੀ। ਦੂਸਰੇ ਦਫ਼ਤਰੀ ਬਾਬੂਆਂ ਨਾਲੋਂ ਕਮਲ ਦਾ ਸੁਭਾਅ ਬਹੁਤ ਹੀ ਵੱਖਰਾ ਸੀ। ਉਹਦੇ ਸੁਭਾਅ, ਪਹਿਰਾਵੇ, ਮਿਲਵਰਤਨ ਬਾਰੇ ਕੀਤੀ ਗਈ ਤਾਰੀਫ ਉਦੇ ਚਿਹਰੇ ਦੇ ਹਾਪ ਭਾਵਾਂ ਦਾ ਪ੍ਰਭਾਵ ਨਾ ਬਦਲ ਸਕਦੀ। ਰੇਖਾ ਤੇ ਕਮਲ ਦੀ ਮੇਜ਼ ਕਾਫੀ ਨੇੜੇ-ਨੇੜੇ ਸੀ। ਕਮਲ ਨੇ ਬੇਸ਼ੱਕ ਅੰਗੋਲੀਆਂ ਹੀ 4-6 ਮਹੀਨੇ ਲੰਘਾ ਛੱਡੇ ਸਨ ਪਰ ਰੇਖਾ ਤਾਂ ਜਿਵੇਂ ਆਉਂਦੀ ਕਮਲ ਦੀ ਸੰਜਮੀ ਰੇਖਾ ਚੁਬਲੀ ਗਈ ਸੀ। ਉਹ ਕਮਲ ਦੇ ਤੋਂ ਦਫਤਰੀ ਕੰਮਾਂ 'ਚ ਕਈ ਵਾਰ ਮਦਦ ਲੈਂਦੀ ਤੇ ਫੁਰਸਤ ਦੇ ਸਮੇਂ ਉਸ ਨਾਲ ਘਰੇਲੂ ਤੇ ਕਈ ਹੋਰ ਵਿਸ਼ਿਆਂ 'ਤੇ ਨਿਰਸੰਕੋਚ ਗੱਲਬਾਤ ਕਰਦੀ। ਰੇਖਾ ਦੀ ਗੱਲਬਾਤ ਦਾ ਵਿਸ਼ਾ ਜਾਤ ਪਾਤ ਉੱਚ नीਚ ਹੁੰਦਾ ਉਹ ਧਰਮ ਦੇ ਮਸਬੀ ਕੱਟੜਤਾ ਤੇ ਵੱਖਵਾਦੀ ਫੁੱਟ ਪਾਉ ਲੋਕਾਂ ਤੇ ਪਾਰਟੀਆਂ ਦੇ ਬਹੁਤ ਵਿਰੋਧ ਸੀ ਉਹ ਕਈ ਵਾਰ ਕਹਿੰਦੀ ਕੀ ਹੁੰਦੀ ਹੈ ਜਾਤ ਪਾਤ ਐਵੇਂ ਵੱਧ ਉਪਖੰਡ ਉਹ ਕਿਹੜੀ ਕੌਮ ਦਾ ਜਾਤ ਹੈ ਜਿਸ ਭਲੇ ਬੁਰੇ ਸੁੱਚੇ ਕੁੱਚੇ ਸੋਹਣੇ ਕੁਸੋਹਣੇ ਸੱਚੇ ਝੂਠੇ ਇਨਸਾਨ ਨਹੀਂ ਹੁੰਦੇ ਪਰਮਾਤਮਾ ਨੇ ਹਰੇਕ ਇਨਸਾਨ ਦੇ ਕੁਝੇ ਅੰਗ ਘੜੇ ਨੇ ਅਕਲ ਤੱਕ ਕੋਈ ਨਾ ਕੋਈ ਕਿਸੇ ਤੋਂ ਖੋ ਸਕਦਾ ਹੈ ਨਾ ਹੀ ਬਾਜ਼ਾਰੋਂ ਮੁੱਲ ਅਕਲ ਤੱਕ ਕੋਈ ਨਾ ਕਿਸੇ ਤੋਂ ਖੋਹ ਸਕਦਾ ਹੈ ਨਾ ਹੀ ਬਾਜ਼ਾਰੋਂ ਮੁੱਲ ਲੈ ਸਕਦਾ ਹੈ ਤੇ ਸਾਡੇ ਸਮਾਜ ਚ ਸਵਾਰਥੀ ਤੇ ਮਤਲਬੀ ਲੋਕਾਂ ਨੇ ਆਪਣੀ ਚੌਦਰ ਬਣਾਉਣ ਲਈ ਭਰਮ ਭੁਲੇਖੇ ਵਹਿਮ ਤੇ ਪਖੰਡ ਰਚਾਈ ਹੋਈਆਂ ਸਾਨੂੰ ਇਹਨਾਂ ਲੋਕਾਂ ਨੇ ਵੇਸਾਂ ਪੇਸਾਂ ਦੇ ਪਰਮਾਚੂਲ ਜਾ ਕੇ ਹਮੇਸ਼ਾ ਆਪਣਾ ਉੱਲੂ ਸਿੱਧਾ ਕੀਤਾ ਅਸੀਂ ਇਨਸਾਨੀਅਤ ਨੂੰ ਛੱਡ ਕੇ ਹਯਵਾਨੀਅਤ ਦੇ ਰਾਹ ਤੁਰ ਪਏ ਆਪਣੇ ਵਿਰਸੇ ਨੂੰ ਵਾਰਸਾਂ ਨੂੰ ਇਹ ਸੂਰਤ ਤੇ ਸਿਰਤ ਦੇਣ ਵਾਲਿਆਂ ਨੂੰ ਦੇਸ਼ ਤੇ ਕੌਮ ਲਈ ਮਰ ਮਿਟਣ ਵਾਲਿਆਂ ਨੂੰ ਭੁੱਲ ਗਏ ਆ ਕੀ ਗੁਰੂ ਸਾਹਿਬਾਨਾ ਨੇ ਰਾਜ ਭਾਗ ਲਈ ਜਾਂ ਆਪਣੀ ਐ ਸ਼ਿਸ਼ਤ ਲਈ ਕੁਰਬਾਨੀਆਂ ਦਿੱਤੀਆਂ ਲੜਾਈਆਂ ਲੜੀਆਂ ਘਰੋਂ ਘਰ ਘਰੋਂ ਬੇਕਾਰ ਹੋਈ ਨਹੀਂ ਸਗੋਂ ਨਾ ਤਾਂ ਸਮੇ ਦੇ ਜ਼ਾਬਰ ਤੇ ਜ਼ਬਰਦਸਤ ਡਟ ਕੇ ਮੁਕਾਬਲਾ ਕੀਤਾ ਉਹਨਾਂ ਸਾਹਮਣੇ ਨਾ ਕੋਈ ਵੈਰੀ ਨਾ ਹੀ ਬੇਗਾਨਾ ਸਗਲ ਸੰਗ हमको ਬਣਾਈ ਵਾਲਾ ਮਨੋਰਥ ਸੀ ਜਿਸ ਨੂੰ ਹਮੇਸ਼ਾ ਅਮਲੀ ਜਾਮਾ ਪਾ ਕੇ ਸੱਚ ਕਰ ਵਿਖਾਇਆ ਕੀ ਝੂਠ ਹੈ ਇਸ ਦੱਸੋ ਕਮਲ ਜੀ ਇਸ ਤਰ੍ਹਾਂ ਵਿਚਾਰ ਪ੍ਰਗਟਾਉਂਦੀ ਰੇਖਾ ਜੋਸ਼ ਚ ਆਪੇ ਤੋਂ ਬਾਹਰ ਹੋ ਜਾਂਦੀ ਕਮਲਜੀਤ ਨੂੰ ਕਈ ਵਾਰ ਸਿਰਫ ਕਮਲ ਜੀ ਕਹਿ ਕੇ ਸੰਬੋਧਨ ਕਰ ਜਾਂਦੇ ਮੈਂ ਕਦੋਂ ਕਹਣਾ ਰੇਖਾ ਜੀ ਤੁਸੀਂ ਗੱਲ ਤੋਂ ਗੁਰੂ ਸਹਿਬਾਨ ਜਾਂ ਪੈਗੰਬਰ ਤਾਂ ਇਲਾਹੀ ਦੂਤ ਦੁਨੀਆ ਦੇ ਰਹਿਨੁਮਾ ਜ਼ੁਲਮ ਜ਼ਬਰਦਸਤ ਟੱਕਰਾ ਕਰਨ ਵਾਲੇ ਸੱਚੀ ਰਾਹ ਵਿਖਾਉਣ ਵਾਲੇ ਹੋਏ ਹਨ ਉਹ ਕਿਸੇ ਇੱਕ ਦੇ ਨਾਂ ਹੋ ਕੇ ਸਰਬਸਾਂਝੇ ਸਾਜੀ ਵਾਲਤਾ ਦੇ ਰਹਿਬਰ ਹੋਏ ਹਨ ਉਹ ਜਾਤ ਪਾਤ ਕੋ ਜੀਵਨ ਹੈ ਇਹ ਜਾਤ ਪਾਤ ਕੋ ਜੀਵਨ ਹੈ ਫਰੇਬ ਹੈ ਪਰਮ ਹੈ ਪਖੰਡ ਹੈ ਖੁਦ ਗਰਜ਼ ਆਗੂਆਂ ਦਾ ਰਚਾਇਆ ਹੋਇਆ ਟੋਂਗ ਹੈ ਓਹੋ ਸੌਰੀ ਕਮਲ ਜੀ ਮਾਫ ਕਰਨਾ ਆਪਾਂ ਤਾਂ ਸ਼ੁਰੂ ਤੋਂ ਹੀ ਇੱਕੋ ਵਿਚਾਰ ਦੇ ਧਾਰਨੀ ਆ ਮੈਂ ਤਾਂ ਐਵੇਂ ਭਾਵੁਕ ਹੋ ਗਈ ਸਾਂ ਅਖੀਰ ਜਦੋਂ ਵੀ ਹੱਸ ਕੇ ਸਹਿਮਤੀ ਪ੍ਰਗਟ ਕਰਦੇ ਤੇ ਗੱਲ ਦਾ ਵਿਸ਼ਾ ਬਦਲ ਜਾਂਦਾ ਕਮਲ ਨੂੰ ਉਸ ਦਿਨ ਦੀ ਘਟਨਾ ਯਾਦ ਆਉਂਦੀ ਆ ਸ਼ਰਮਿੰਦਗੀ ਜੀ ਮਹਿਸੂਸ ਹੋਈ ਜਦੋਂ ਉੱਪਰ ਤਾਜ਼ੀ ਵੇਖੀ ਫਿਲਮ ਦਾ ਅਸਰ ਭਾਰੂ ਸੀ ਰੇਖਾ ਨੂੰ ਫਿਲਮ ਦੀ ਹੀਰੋਇਨ ਵਾਂਗ ਸਜਿਆ ਵੇਖ ਉਹਦਾ ਹੀ ਨਾਂ ਦੇ ਦਿੱਤਾ ਸੀ ਹੋਮਾ ਪਰ ਜੋ ਖੁਸ਼ੀ ਰੇਖਾ ਨੂੰ ਇਸ ਨਾਂ ਤੋਂ ਹੋਈ ਸੀ ਉਹਦੀਆਂ ਗੱਲਾਂ ਦੇ ਪੱਖ ਦੀ ਲਾਲੀ ਤੇ ਬੁੱਲੀਆਂ ਦੀ ਮਿੱਠੀ ਮੁਸਕਾਨ ਤੋਂ ਕਮਲ ਨਹੀਂ ਸੀ ਜਾਣ ਸਕਿਆ ਕਿ ਮੈਂ ਇਸ ਨਾਂ ਦੇ ਕਾਬਲ ਹਾਂ ਕਿ ਮੈਂ ਹੀਮਾ ਦੇ ਤੁਲਹਾਂ ਜੇ ਕਮਲ ਜੀ ਤੁਹਾਨੂੰ ਇਹ ਨਾਂ ਚੰਗਾ ਲੱਗਦਾ ਹੈ ਤੇ ਮੈਂ ਤੁਹਾਡੀ ਹੀਮਾ ਹੀ ਸਾਂ मैं, मैं रेखा ਨੇ ਤੁਹਾਡੀ हेमा ਸ਼ਬਦ ਦੀ ਕੁਝ ਵਧੇਰੇ ਹੀ ਜ਼ੋਰ ਦਿੱਤਾ ਸੀ। ਕਮਲ ਦਾ ਮੂੰਹ ਕੁੜੀਆਂ ਵਾਂਗ ਸ਼ਰਮ ਨਾਲ ਲਾਲ ਸੁਰਖ ਹੋ ਗਿਆ ਸੀ। ਉਹ ਜਵਾਬ 'ਚ ਕੁਝ ਵੀ ਨਹੀਂ ਸੀ ਬੋਲ ਸਕਿਆ ਸਿਵਾਏ ਮੈਂ ਮੈਂ ਤਾਂ ਐਵੇਂ ਰੇਖਾ ਜੀ ਮੇਰਾ ਮਤਲਬ ਤੁਸੀਂ ਇਸ ਤੋਂ ਅੱਗੇ ਕੁਝ ਵੀ ਨਹੀਂ ਬੋਲ ਸਕਿਆ। ਜ਼ਬਾਨ ਜਿਵੇਂ ਤਾਲੂਏ ਜਾਂ ਲੱਗੀ ਹੋਵੇ। ਅਜਿਹੇ ਆਦਮੀ ਆਮ ਹੀ ਵੇਖੇ ਗਏ ਹਨ ਜੋ ਕਈ ਵਾਰ ਮੂੰਹ ਆਈ ਗੱਲ ਕਹਿ ਤਾ ਬੈਠਦੇ ਹਨ ਪਰ ਉਸ ਦੀ ਪੁਸ਼ਟੀ ਕਰਨ ਤੋਂ ਅਸਮਰਥ ਹੁੰਦੇ ਹਨ। ਉਹ ਵੀ ਖਾਸ ਕਰਕੇ ਕੁੜੀਆਂ ਅੱਗੇ ਯਾਰ ਦੇ ਮਾਮਲੇ 'ਚ ਅਜਿਹੀ ਹਾਲਤ ਸੀ ਅੱਜ ਕਮਲ ਦੀ ਰੇਖਾ 'ਤੇ ਪਰ ਉਸ ਦਿਨ ਨਾ ਜਾਣੇ ਕਮਲ ਅੰਦਰ ਕਿਹੜੀ ਸ਼ਕਤੀ ਆ ਗਈ ਸੀ ਜਦੋਂ ਅਨਿਲ ਦੀ ਹਾਲਤ ਤੋਂ ਪਸੀਜ ਕੇ ਆਪਣੀ ਤੇ ਰੇਖਾ ਦੀ ਜ਼ਿੰਦਗੀ ਦਾ ਪਲੜਾਈ ਪਲਟ ਦਿੱਤਾ ਸੀ ਕਮਲ ਮੇਰੇ ਯਾਰ ਕੁਝ ਕਰ ਨਹੀਂ ਤਾਂ ਮੈਂ ਮਰ ਜਾਊਂਗਾ ਮੇਰੀ ਨੀਂਦ ਉੱਡ ਗਈ ਹੈ ਮੇਰੇ ਸੁਪਨੇ ਰੇਖਾ ਦੇ ਸੁਪਨੇ ਹੋ ਗਏ ਮੇਰੀ ਨੀਂਦ ਦੀਆਂ ਘੜੀਆਂ ਰੇਖਾ ਦੀ ਪੈਂਦ ਸਰਾਣੀ ਚੱਕਰ ਕੱਟਦੀਆਂ ਮੈਨੂੰ ਅੰਨੇ ਵਾਂਗ ਆਪਣੀ ਉਂਗਲੀ ਲਾਈ ਘੁਮਾਈ ਫਿਰਦੀਆਂ ਰਹਿੰਦੀਆਂ ਨੇ ਜੇਹੀ ਹਾਲਤ ਹੋਰ 10 ਦਿਨ ਰਹੀ ਤਾਂ ਮੈਂ ਪਾਗਲ ਹੋ ਜਾਊਂਗਾ ਕਮਲ ਮੈਂ ਪਾਗਲ ਹੋ ਜਾਊਂਗਾ ਕੁਝ ਕਰ ਕਮਲ ਮੇਰੇ ਯਾਰ ਕੁਝ ਕਰ ਅਨਿਲ ਗਿੜਗੜੋਂਦਾ ਕਮਲ ਨੂੰ ਚਿੰਬੜ ਗਿਆ ਆਖਿਰ ਪਤਾ ਵੀ ਲੱਗਿਆ ਅਨਿਲ ਤੂੰ ਚਾਹੁੰਦਾ ਕੀ ਹੈ ਸਿੱਧੀ ਤੇ ਸਪਸ਼ਟ ਗੱਲ ਕਰਨ ਦੱਸ ਮੈਂ ਤੇਰੇ ਲਈ ਕੀ ਕਰ ਸਕਦਾ ਮੈਂ ਮੈਂ ਕਮਲ ਰੇਖਾ ਨੂੰ ਆਪਣੀ ਬਣਾਉਣੀ ਚਾਹਨਾ ਹੈ ਕੁਝ ਨਾ ਕੁਝ ਕਰ ਮੇਰੇ ਲਈ ਪਲੀਜ਼ ਅਨਿਲ ਕਮਲ ਦੀ ਕੁਰਸੀ ਦੀ ਬਾਹੀ ਤੇ ਬੈਠਾ ਗਲੇ ਚਿਪ ਗਿਆ ਅੱਛਾ ਮੌਕਾ ਪਾ ਕੇ ਪੁੱਛੂੰਗਾ ਰੇਖਾ ਨੂੰ ਸੋ ਮਣਾ ਭੋਜ ਸੀਨੇ ਤੇ ਰੱਖ ਕੇ ਕਮਲ ਨੇ ਵਾਦਾ ਦੇ ਕੇ ਅਨਿਲ ਨੂੰ ਥੋ ਧੋ ਰਿਹਾ ਰੇਖਾ ਜੀ ਮੈਂ ਕੋਈ ਗੱਲ ਕਰਨੀ ਆ ਤੁਹਾਡੇ ਨਾਲ ਜੇ ਵਕਤ ਕੱਢੋ ਤਾਂ ਜ਼ਰਾ ਕਮਲ ਨੇ ਦੂਸਰੇ ਦਿਨੀ ਰੇਖਾ ਦੀ ਸੀਟ ਤੇ ਜਾ ਕੇ ਗਿਆ ਕੀ ਪੀ ਕਹਿੰਦੇ ਹੋ ਕਮਲ ਜੀ ਤੁਸੀਂ ਗੱਲ ਕਰਨ ਨੂੰ ਕਹੋ ਤੇ ਮੇਰੀ ਕੀ ਮਜਾਲਾ ਮੈਂ ਨਾ ਕਰ ਸਕਾਂ ਮੈਨੂੰ ਤਾਂ ਸਭ ਨੂੰ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਵੀ ਮੇਰੇ ਨਾਲ ਗੱਲ ਕਰਨ ਲਈ ਵਕਤ ਕੱਢਿਆ ਹੈ। ਰੇਖਾ ਰੋਮ ਰੋਮ ਤੋਂ ਕਮਲ ਉਪਰੋਂ ਕੁਰਬਾਨ ਹੁੰਦੀ ਜਾ ਰਹੀ ਸੀ। ਹਾਂ ਕਹੋ। ਕੈਂਟੀਨ ਚ ਆਮੋ ਸਾਹਮਣੀ ਕੁਰਸੀ ਤੇ ਬੈਠਦੇ ਆ ਰੇਖਾ ਨੇ ਉਤਾਵਲੇ ਹੁੰਦੇ ਆ ਜਾਣਨਾ ਚਾਹਿਆ। ਸੰਖੇਪ ਤੇ ਸਵਾਲ ਦੇ ਨਾਲ ਹੀ ਰੇਖਾ ਦੀਆਂ ਨਜ਼ਰਾਂ ਨੇ ਕਮਲ ਦੇ ਚਿਹਰੇ ਨੂੰ ਨਿਹਾਰਨਾ ਸ਼ੁਰੂ ਕਰ ਦਿੱਤਾ ਜੋ ਅੱਜ ਬਹੁਤ ਗੰਭੀਰ ਤੇ ਅਜੀਬ ਦਿਸ ਰਿਹਾ ਸੀ। ਰੇਖਾ ਜੀ ਅੰਦਰੋਂ ਨਹੀਂ ਉਥਲ-ਪੁਥਲ ਤੇ ਕਾਬੂ ਪਾਉਂਦਾ ਕਮਲ ਕਹਿੰਦੀ ਜ਼ਰੂਰਤ ਕਰਨ ਲੱਗਾ। ਮੈਂ ਅੱਜ ਤੁਹਾਨੂੰ ਪਹਿਲਾ ਤੇ ਆਖਰੀ ਸੁਝਾਅ ਦੇਣਾ ਚਾਹਾਂਗਾ ਜੇ ਕਬੂਲ ਕਰੋਗੇ ਤਾਂ ਤੁਸੀਂ ਕਹੋਗੇ ਵੀ ਕੁਝ ਜਵਾਬ ਤੇ ਸਵਾਲ ਰੇਖਾ ਦੇ ਦਿਲ ਦੀ ਧੜਕਣ ਨੂੰ ਆਮ ਨਾਲੋਂ ਕਈ ਗੁਣਾ ਵਧਾਰ ਗਿਆ ਅੱਜ ਜਿੱਥੇ ਕਮਲ ਸ਼ਾਂਤ ਤੇ ਓਡੋਲ ਦਿੱਸਦਾ ਸੀ ਉੱਥੇ ਕਮਲ ਦੀ ਗੰਭੀਰਤਾ ਵੇਖ ਰੇਖਾ ਦਾ ਸੰਤੁਲਨ ਡੋਲਦਾ ਜਾ ਰਿਹਾ ਸੀ ਰੇਖਾ ਜੀ ਤੁਸੀਂ ਅਨਿਲ ਨਾਲ ਸ਼ਾਦੀ ਕਰ ਲਓ ਥੋੜੇ ਜੇ ਸ਼ਬਦਾਂ 'ਚ ਕਮਲ ਰੇਖਾ ਦੀ ਜ਼ਿੰਦਗੀ ਦੀ ਰੇਖਾ ਇੱਕ ਪਾਸਿਓਂ ਮੇਟ ਕੇ ਦੂਜੇ ਪਾਸੇ ਖਿੱਚ ਗਿਆ ਹੈ ਕਿਉਂ ਤੇ ਮੈਂ ਮੈਂ ਤਾਂ ਇਸ ਗੱਲ 'ਚ ਰੇਖਾ ਨੂੰ ਕੰਬਣੀ ਛੇੜਦੀ। ਉਹਦੀ ਜ਼ੁਬਾਨ ਥਿਰਕ-ਥਿਰਕ ਜਾਂਦੀ ਸੀ, ਉਹਦੇ ਮੱਥੇ 'ਤੇ ਪਸੀਨੇ ਦੀਆਂ ਬੂੰਦਾਂ ਉੱਬਰ ਆਈਆਂ। ਕਿਉਂਕਿ ਅਨਿਲ ਤੁਹਾਨੂੰ ਬੇहद ਪਿਆਰ ਕਰਦਾ ਹੈ। ਸ਼ਾਇਦ ਉਹ ਕੀ ਕਹਿ ਰਹੇ ਹੋ? ਕਮਲ ਜੀ ਪਰ ਇਹ ਗਲੇ ਨਾਲ ਕਮਲ ਦੀ ਗੱਲ ਕੱਟਦੀ ਹੋਈ ਰੇਖਾ ਮੁਸ਼ਕਲ ਨਾਲ ਬੋਲ ਸਕੇ। ਬੱਸੇ ਮੇਰੀ ਬੇਨਤੀ, ਸਲਾਹ ਜਾਂ ਕੁਝ ਵੀ ਸਮਝ ਲਓ ਰੇਖਾ ਜੀ। ਪਰ ਪਰ ਮੈਂ ਤਾਂ ਆਪਣੇ ਦਿਲ 'ਚ ਤੁਹਾਨੂੰ ਸ਼ਾਇਦ ਮੈਂ ਵੀ ਪਰ ਦੋਸਤ ਲਈ ਦੋਸਤ ਕੀ ਨਹੀਂ ਕਰ ਸਕਦਾ ਸੋ ਤੂੰ ਵੀ ਮੇਰੀ ਅੱਛੀ ਦੋਸਤ ਹੁੰਦਿਆ ਮੇਰੇ ਲਈ ਅਧੂਰੇ ਬੋਲ ਰਮਜ਼ਾਂ ਤੋਂ ਇਸ਼ਾਰੇ ਬਣ ਸਮਝਾ ਰਹੇ ਸਨ ਮੈਂ ਤਾਂ ਤੁਹਾਡੇ ਬਾਰੇ ਆਪਣੇ ਮਾਪਿਓ ਨਾਲ ਰੇਖਾ ਫੁੱਟ ਫੁੱਟ ਕੇ ਰੋਣ ਲੱਗ ਪਈ ਤੇ ਉਹ ਗੱਲ ਪੂਰੀ ਨਾ ਕਰ ਸਕੇ ਠੀਕ ਹੈ ਰੇਖਾ ਜੀ ਤੁਹਾਨੂੰ ਮਾਪਿਆਂ ਨੇ ਆਪਣਾ ਫੈਸਲਾ ਲੈਣ ਦਾ ਹੱਕ ਦਿੱਤਾ ਹੈ ਬਹੁਤ ਚੰਗੀ ਗੱਲ ਹੈ ਪਰ ਅਨਿਲ ਵੀ ਦਿਲ ਦਾ ਮਾੜਾ ਨਹੀਂ ਪਰ ਮੈਂ ਤੁਹਾਨੂੰ ਕਿਵੇਂ ਭੁਲਾ ਸਕਦੀ ਆ ਤੁਸੀਂ ਤਾਂ ਮੇਰੇ ਰੋਮ-ਰੋਮ 'ਚ ਵਸੇ ਹੋਇਓ ਰੇਖਾ ਜੀ ਜੇਕਰ ਅਨਿਲ ਦੀ ਤਮੰਨਾ ਅਨੁਸਾਰ ਗੱਲ ਸਿਰੇ ਨਾ ਚੜੀ ਤਾਂ ਹੋ ਸਕਦਾ ਕੀ ਹੋ ਸਕਦਾ ਰੇਖਾ ਨੇ ਗੱਲ ਕੱਟਦਿਆਂ ਕਿਹਾ ਅਨਿਲ ਦਿਮਾਗੀ ਸੰਤੁਲਨ ਗਵਾ ਬੈਠੇ ਕਮਲ ਨੇ ਗੱਲ ਪੂਰੀ ਕੀਤੀ ਕਮਲ ਜੀ ਇੱਕ ਰੂਹ ਦੋ ਕਲਬੂਤਾਂ 'ਚ ਕਿਵੇਂ ਵਸ ਸਕਦੀ ਹੈ ਰੇਖਾ ਨੇ ਸੰਭਲਦਿਆਂ ਦਿਲ ਦੀ वेदना ਕਹੀ ਰੇਖਾ ਜੀ ਜ਼ਿੰਦਗੀ ਜਨਮ ਤੋਂ ਮਰਨ ਤੱਕ ਇੱਕ ਡਰਾਮਾ ਹੈ ਤਮਾਸ਼ਾ ਹੈ ਤੂੰ ਵੀ ਇਹਨੂੰ ਡਰਾਮੇ ਦਾ ਇੱਕ ਹਿੱਸਾ ਸਮਝ ਲੈ ਜੋ ਸੀਨ ਬਦਲਣ ਨਾਲ ਕਈ ਵਾਰ ਪਾਤਰ ਤੇ ਕਹਾਣੀ ਦਾ ਵਿਸ਼ਾ ਬਦਲ ਜਾਂਦਾ ਹੈ ਡਰਾਮਾ ਡਰਾਮੇ ਦੇ ਪਾਤਰ ਬਣੌਟੀ ਮਨ ਘੜਤ ਕਹਾਣੀ ਦੇ ਵਿਸ਼ਾ ਨਿਭਾ ਰਹੇ ਹੁੰਦੇ ਹਨ ਪਰ ਅਸੀਂ ਤਾਂ ਪ੍ਰਤੱਖ ਜ਼ਿੰਦਗੀ ਦੀ ਹਕੀਕਤ ਅੱਗੇ ਖੜੇ ਹਾਂ ਅੱਗੇ ਆਉਣ ਵਾਲੀ ਹਕੀਕਤ ਤੇ ਦੋਸਤ ਦੀ ਜ਼ਿੰਦਗੀ ਦੀ ਹਕੀਕਤ ਇਸ ਮੌਜੂਦਾ ਹਕੀਕਤ ਤੋਂ ਕਿਤੇ ਵਢੇਰੀ ਹੈ ਜਿਹਦਾ ਮੈਨੂੰ ਅਹਿਸਾਸ ਹੈ ਤੇ ਇਹੀ ਬੇਨਤੀ ਮੈਂ ਤੇਰੇ ਅੱਗੇ ਰੱਖੀ ਹੈ ਰੇਖਾ ਜੀ ਮੈਨੂੰ ਆਪਣੇ ਹੱਥੀਂ ਜ਼ਬਾ ਕਰ ਦਿਓ ਪਰ ਮੈਨੂੰ ਇਹੋ ਨਾ ਵਗਾ ਮਾਰੋ ਪਿਆਰੇ ਕਮਲ ਬੜੀ ਮੁਸ਼ਕਲ ਸੰਭਲਿਆ ਮਨ ਫੇਰ ਉਲੜ ਗਿਆ ਸਿਸਕੀਆਂ ਭਰਦਿਆਂ ਰੇਖਾ ਨੇ ਕਮਲ ਦੇ ਹੱਥ ਆਪਣੇ ਹੱਥਾਂ 'ਚ ਘੁੱਟ ਕੇ ਫੜਦਿਆਂ ਸਿਰ ਉੱਪਰ ਰੱਖ ਲਿਆ ਹੌਸਲਾ ਤੇ ਧੀਰਜ ਹੀ ਜ਼ਿੰਦਗੀ ਦਾ ਪੜਾ ਹੈ ਪਿਆਰੀ ਰੇਖਾ ਜਜ਼ਬਾਤ ਹਕੀਕਤ ਦੇ ਸਾਈ ਹੇਠਾਂ ਹਮੇਸ਼ਾ ਜ਼ਬਾ ਹੁੰਦੇ ਆਏ ਨੇ ਅਸੀਂ ਹਕੀਕਤ ਨੂੰ ਗਲੇ ਲਾਉਣਾ ਹੈ ਜਜ਼ਬਾਤ ਵੀ ਹੁਣੀ ਜ਼ਿੰਦਗੀ ਮਿੱਟੀ ਦੇ ਢੇਰ ਬਰਾਬਰ ਹੈ ਜਿਵੇਂ ਹੁਣ ਤੁਸੀਂ ਮੈਨੂੰ ਸਮਝ ਰਹੇ ਹੋ ਇੱਕ ਮਿੱਟੀ ਦੇ ਢੇਰ ਤੋਂ ਵੱਧ ਕੁਝ ਨਹੀਂ ਰੇਖਾ ਦੇ ਨਿਹੋਰੇ ਨੇ ਕਮਲ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਨਹੀਂ ਰੇਖਾ ਕਦਾਚਿਤ ਨਹੀਂ ਤੇਰੇ ਲਈ ਮੇਰੀ ਜਾਨ ਵੀ ਹਾਜ਼ਰ ਹੈ ਇਹ ਕੁਰਬਾਨੀ ਮੇਰੀ ਜ਼ਿੰਦਗੀ ਦਾ ਅਨਮੋਲ ਸਰਮਾਇਆ ਰਹੇਗੀ ਜੋ ਇੱਕ ਦੋਸਤ ਖਾਤਰ ਆਪਾਂ ਕਰ ਰਹੇ ਹਾਂ ਵਾਦਾ ਕਰੋ ਵਾਦਾ ਕਰੋ ਮੇਰੀ ਸੱਚੀ ਦੋਸਤ ਰੇਖਾ ਵਾਦਾ ਕਰੋ ਕੰਬ ਦੇ ਹੱਥ ਕਮਲ ਦੇ ਹੱਥ ਆ ਗਏ ਜੋ ਹੌਲੀ-ਹੌਲੀ ਰੇਖਾ ਦੇ ਬੁੱਲਾਂ ਨੂੰ ਛੋਹ ਗਏ ਤੇ ਫਿਰ ਕਮਲ ਦੇ ਬੁੱਲਾਂ ਨੂੰ ਇੱਕ ਪਹਿਲਾ ਤੇ ਆਖਰੀ ਪਵਿੱਤਰ ਚੁੰਮਣ ਅਗਲੇ ਹਫ਼ਤੇ ਕਮਲ ਨੇ ਪਟਿਆਲੇ ਦੇ ਦਫ਼ਤਰੋਂ ਬਦਲੀ ਲੁਧਿਆਣੇ ਦੀ ਕਰਵਾ ਲਈ ਸੀ ਜਿਉਂ ਹੀ ਕਿਉੜੇ ਤੇ ਅਤਰ ਫਲੇਲ ਦੀ ਤੇਜ਼ ਸੁਗੰਧ ਕਮਲ ਦੇ ਨੱਕ ਨੂੰ ਛੜੀ ਉਹਨੂੰ ਪਤਾ ਲੱਗਾ ਕਿ ਫੇਰਿਆਂ ਦੀਆਂ ਰਸਮਾਂ ਆਤ ਹੋ ਚੁੱਕੀਆਂ ਹਨ ਜੋੜੀ ਨੂੰ ਮੁਬਾਰਕ ਕਹਿੰਦਾ ਹੋਇਆ ਕਮਲ ਇੱਕ ਦਮ ਪਾਸਾ ਵਟ ਕੇ ਪੰਡਾਲ 'ਚ ਖੜੇ ਬੈਠੇ ਮਹਿਮਾਨਾਂ ਵਿੱਚ ਲੋਪ ਹੋ ਗਿਆ ਧੰਨਵਾਦ